ਡੰਡਾ ਕਰਾਉਣ ਆਏ ਤੇ ਕਿਤੇ ਗੱਡੀ ਵਾਲੀ ਨੇ ਕਿਤੇ ਮਗਰੋਂ ਸਾਈਡ ਤਰੋਕਤੀ ਕਿਤੇ। ਹੁਣ ਦੋਵਾਂ ਦੀ ਡੈਥ ਹੋ ਗਈ ਹੈ? ਹਾਂਜੀ, ਦੋਵਾਂ ਦੀ ਡੈਥ ਹੋ ਗਈ। ਤੇ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਉਹ ਕਿੱਥੇ ਹੈ? ਉਹ ਤਾਂ ਤੇ ਪਤਾ ਨਹੀਂ, ਗੱਡੀ ਸੁੱਟ ਕੇ ਤੇ ਆਪਾਂ ਭੱਜ ਗਏ ਆ। ਪੁਲਿਸ ਆਈ ਆ, SSF ਦੀ ਟੀਮ ਆਈ ਆ ਮੌਕੇ ਤੇ, ਕੀ ਮੰਗ ਕੀ ਕਰਦੇ ਜੀ? ਮੰਗ ਇਹੋ ਹੀ ਸਾਡੀ ਵੀ ਕਰੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ, ਜਿਹੜਾ ਗਾਂਹ ਵਾਸਤੇ ਕਿਹੋ ਜਿਹਾ ਕੰਮ ਨਾ ਕਰੇ ਕੋਈ। ਇਹ ਪਿੰਡ ਰਾਜੋਆਂ ਦੇ ਬਾਰੇ ਕੰਡਾ ਕਰਾਉਣ ਆਏ ਗੱਡੀ ਦਾ, ਮੰਡੀ ਦੇ ਵਿੱਚ ਪੱਲੇਦਾਰ ਸੀਗੇ, ਤੋਂ ਗੱਡੀ ਵਾਲੇ ਨੇ ਦੇਖ ਪਿੱਛੋਂ ਸਾਈਡ ਮਾਰਦੀ ਆ। ਇਹ ਪਿੰਡ ਇਧਰੋਂ ਜਾ ਰਹੇ ਸੀਗੇ ਤੇ ਉਧਰੋਂ ਗੱਡੀ ਆ ਰਹੀ ਸੀ। ਅੱਛਾ, ਇਧਰੋਂ ਪਿੱਖੇੜ ਨੂੰ ਜਾ ਰਹੇ? ਪਿੱਖੇੜ ਨੂੰ ਜਾ ਰਹੇ ਸੀ। ਅੱਛਾ, ਤੇ ਐਕਸੀਡੈਂਟ ਬਹੁਤ ਭਿਆਨਕ ਹੈ, ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਹੀ ਆ। ਹਾਂਜੀ ਹਾਂਜੀ, ਹੁਣ ਪੁਲਿਸ ਮੌਕੇ ਤੇ ਪਹੁੰਚੀ ਆ, ਕੀ ਮੰਗ ਕੀ ਕਰਦੇ ਜੀ? ਬਸ ਮੰਗ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਇਹਨਾਂ ਦੇ ਵਿੱਚ ਮੁੰਡਾ ਕੋਈ ਕੁਵਾਰਾ ਵੀ ਸੀਗਾ? ਹਾਂਜੀ। ਵਿਆਹਿਆ ਕਿਹੜਾ ਸੀਗਾ? ਵਿਆਹਿਆ ਕੀ ਨਾਮ, ਮਹਾਂਵੀਰ ਸਿੰਘ। ਮਹਾਂਵੀਰ ਸਿੰਘ ਵਿਆਹਿਆ? ਵਿਆਹਿਆ ਜੀ। ਇਹ ਨਾ ਖੇਮਕਨ ਰੋਡ ਤੇ ਅੱਜ ਸਵੇਰੇ ਕਰੀਬ 5 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ, ਜਿਹਦੇ ਵਿੱਚ ਇੱਕ ਸਵਿਫਟ ਕਾਰ ਆ ਜੀ, ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜ੍ਹੀ ਦੂਰ ਤੱਕ ਘੜੀਸਦੀ ਹੋਈ ਲੈ ਗਈ ਹੈ ਜੀ। ਇਹ 'ਚ ਜਿਹੜੇ ਮਰਨ, ਦੋਵਾਂ ਦੀ ਮੌਤ ਹੋਈ ਹੈ ਜੀ। ਇੱਕ ਦੀ ਉਮਰ ਹੈਗੀ ਆ 38 ਸਾਲ ਤੇ ਇੱਕ 21 ਸਾਲ ਦਾ ਜੀ। ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਤੇ ਮੰਡੀ 'ਚ ਲੇਬਰ ਦਾ ਕੰਮ ਕਰਦੇ ਸੀ। ਕਿੱਥੇ ਜਾ ਰਹੇ ਸੀਗੇ? ਇਹ ਘਰ ਜਾ ਰਹੇ ਸੀ ਵਾਪਸ, ਕੰਡਾ ਕਰਾ ਵਾਪਸ ਜਾ ਰਹੇ ਸੀ ਤੇ ਗੱਡੀ ਨੇ ਪਿੱਛੋਂ ਟੱਕਰ ਮਾਰੀ? ਹਾਂਜੀ, ਪਿੱਛੋਂ ਟੱਕਰ ਮਾਰੀ ਹੈ ਜੀ। ਤੇ ਹੁਣ ਗੱਡੀ ਵਾਲੇ ਕਿੱਥੇ ਨੇ? ਗੱਡੀ ਵਾਲਾ ਮੌਕੇ ਤੋਂ ਭੱਜ ਗਿਆ ਜੀ। ਤੇ ਇਹਨਾਂ ਦੋਵਾਂ ਦੀ ਮੌਤ ਹੋ ਗਈ? ਇਹਨਾਂ ਦੋਵਾਂ ਦੀ ਮੌਤ ਹੋ ਗਈ ਜੀ। ਤੇ ਹੁਣ ਕੀ ਕਾਰਵਾਈ ਜਿਹੜੀ ਅਗਲੀ ਕਰ ਰਹੇ? ਇਹ ਐਫ ਆਰ ਦਰਜ ਕਰਕੇ ਇਹਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਜੀ ਤੇ ਉਹ ਗੱਡੀ ਤਸਦੀਕ ਕਰਦੇ ਆ ਕੌਣ ਹੈਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਸਮਝੋ ਪਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।